प्यारे बच्चों वेलकम बच्चों आज ਅਸੀਂ 5ਵੀਂ ਜਮਾਤ ਦਾ ਗਣਿਤ ਵਿਸ਼ੇ ਦਾ ਅਭਿਆਸ 3.3 ਕਰਾਂਗੇ ਬੱਚਿਓ ਇਸ ਵਿੱਚ ਅਸੀਂ ਲਘੁਤਮ ਸਮਾਪਵਰਤਿਆ ਦੇ ਸੰਭਾਲ ਕਰਾਂਗੇ ਬੱਚਿਓ ਇੰਗਲਿਸ਼ ਵਿੱਚ ਅਸੀਂ ਇਹਨੂੰ ਲੋਏਸਟ ਕਾਮਨ ਮਲਟੀਪਲਸ ਮਤਲਬ ਐਲਸੀਐਮ ਕਹਿੰਦੇ ਆ ਤੇ ਪੰਜਾਬੀ ਵਿੱਚ ਇਹਨੂੰ ਸ਼ਾਰਟ ਵਿੱਚ ਕੀ ਕਹਾਂਗੇ ਲਸਬ ਆਓ ਬੱਚਿਓ ਸ਼ੁਰੂ ਕਰੀਏ ਬੱਚਿਓ ਅਸੀਂ ਅਭਿਆਸ 3.3 ਦਾ ਪਹਿਲਾ ਸਵਾਲ ਕਰਾਂਗੇ ਇਸ ਦਾ ਏ ਪਾਰਟ 5 ਅਤੇ 10 ਦਾ ਅਸੀਂ ਲਾਸਬ ਪਤਾ ਕਰਨਾ ਹੈ ਬੱਚਿਓ ਇਸ ਦੀਆਂ ਤਿੰਨ ਵਿਧੀਆਂ ਹੁੰਦੀਆਂ ਹਨ ਗੁਣਜ ਵਿਧੀ ਅਪਾਜ ਗੁਣਖੰਡ ਵਿਧੀ ਤੇ ਭਾਗ ਵਿਧੀ ਅਸੀਂ ਪਹਿਲਾਂ ਇਹਨੂੰ ਬੱਚਿਓ ਗੁਣਜ ਵਿਧੀ ਰਾਹੀਂ ਕਰਾਂਗੇ ਇਸ ਵਿੱਚ ਲਿਖਿਆ ਨਹੀਂ ਹੈ ਕਿ ਕਿਹੜੀ ਵਿਧੀ ਨਾਲ ਕਰਨਾ ਹੈ ਲੇਕਿਨ ਆਪਾਂ ਸਨੋ ਗੁਣਜ ਵਿਧੀ ਰਾਹੀਂ ਕਰਾਂਗੇ ਗੁਣਜ ਵਿਧੀ ਰਾਹੀਂ ਬਹੁਤ ਹੀ ਆਸਾਨ ਹੈ ਪਹਿਲੇ ਅਸੀਂ 5 ਦੇ ਗੁਣਜ ਲਿਖਾਂਗੇ ਫਿਰ ਅਸੀਂ 10 ਦੇ ਗੁਣਜ ਲਿਖਾਂਗੇ 5 ਦੇ ਗੁਣਜ ਕੀ ਹੈ ਬੱਚੇ ਪਹਿਲੇ 5 ਗੁਣਜ ਲਿਖ ਲਓ 5 ਪਹਾੜੇ ਹੁੰਦੇ ਤੁਹਾਨੂੰ ਦੱਸਿਆ ਸੀ ਪਹਿਲੇ 5 ਦੋਨੇ 10 5 ਤਿੰਨ 15 5 ਚੋਕੇ 20 5 ਪੰਜੇ 25 ਅੱਗੇ ਬੱਚੋ 10 ਦੇ ਗੁਣਜ ਲਿਖਣੇ ਆ 10 20 30 40 50 ਹੁਣ ਦੇਖੋ ਸਾਂਝਾ ਗੁਣਜ ਮਤਲਬ ਛੋਟੇ ਤੋਂ ਛੋਟਾ ਜਿੱਦਾਂ ਅਸੀਂ ਐਲਸੀਐਮ ਕਹਿੰਦੇ ਆ ਐਲਸੀਐਮ ਦਾ ਮਤਲਬ ਹੁੰਦਾ ਬੱਚੇ ਲੋਇਸਟ ਕੋ ਉਹ ਮਨ ਮਲਟੀਪਲ ਮ ਸਭ ਤੋਂ ਛੋਟਾ ਸਾਂਝਾ ਗੁਣਜ ਤੇ ਸਭ ਤੋਂ ਛੋਟਾ ਸਾਂਝਾ ਗੁਣਜ ਕਿਹੜਾ ਹੈ ਬੱਚਿਓ ਇੱਥੇ ਲਿਖ ਲਓ ਸਾਂਝਾ ਗੁਣਜ ਕਿਹੜਾ ਹੋਏਗਾ ਬੱਚਿਓ 10 10 ਵੀ ਹੈਗਾ ਬੱਚਿਓ 20 ਵੀ ਹੈਗਾ ਠੀਕ ਹੈ ਬੱਚਿਓ ਤੇ ਅੱਗੇ 30 ਵੀ ਆ ਜਾਏਗਾ ਲੇਕਿਨ ਸਾਨੂੰ ਕਿਹੜਾ ਚਾਹੀਦਾ ਬੱਚਿਓ ਸਭ ਤੋਂ ਛੋਟਾ ਜਦੋਂ ਅਸੀਂ ਮਾਸਾਫ ਕੱਢਦੇ ਆ ਉਹ ਅਸੀਂ ਵੱਡੇ ਤੋਂ ਵੱਡਾ ਲੈਨੇ ਆ ਗੁਣਖੰਡ ਕੱਢ ਕੇ ਤੇ ਇਹਦੇ ਵਿੱਚ ਕੀ ਹੋਏਗਾ ਬੱਚਿਓ ਸਭ ਤੋਂ ਛੋਟਾ ਸਾਂਝਾ ਗੁਣਜ ਤੇ ਸਾਡਾ ਲਸਵ ਕਿੰਨਾ ਆ ਗਿਆ 10 ਉੱਤਰ ਆ ਗਿਆ ਸਾਡਾ ਹੈ ਨਾ ਸਾਰੇ ਬੱਚਿਓ ਚਲੋ ਅਸੀਂ ਹੁਣ ਅਗਲਾ ਸਵਾਲ ਕਰਦੇ ਹਾਂ ਅੱਗੇ ਹੈ 6 ਅਤੇ 18 ਦਾ ਅਸੀਂ ਅ ਅਸੀਂ ਦਾ ਲਸਵ ਕੱਢਣਾ ਹੈ ਇਹ ਵੀ ਗੁਣਜ ਵਿਧੀ ਰਾਹੀਂ ਕਰਾਂਗੇ ਪਹਿਲੇ ਅਸੀਂ 6 ਦੇ ਗੁਣਜ ਲਿਖਾਂਗੇ ਇੱਕ ਸ਼ਿਕਾ ਸ਼ਿਕਾ ਦੋ ਸ਼ਿਕਾ 12 ਤਿੰਨ ਸ਼ਿਕਾ 18 ਚਾਰ ਸ਼ਿਕਾ 24 ਪੰਜ ਸ਼ਿਕਾ 30 ਪਹਿਲੇ ਪੰਜ ਗੁਣ ਜੋ ਲਿਖ ਲਿਆ ਕਰੋ ਅੱਗੇ ਅਸੀਂ 18 ਦੇ ਲਿਖਾਂਗੇ ਬੱਚਿਓ 18 ਇੱਕਮ 18 18 ਦੂਣਾ 36 18 ਤੇ ਚਲੂੰਜਾ ਲੇਕਿਨ ਦੇਖੋ ਸਾਨੂੰ ਸਾਹਮਣੇ ਲੱਗ ਰਿਹਾ ਕਿ ਸਾਨੂੰ ਸਾਂਝਾ ਗੁਣ ਜ ਮਿਲ ਗਿਆ ਅੱਗੇ ਨਾ ਵੀ ਲਿਖੋ ਤਾਂ ਵੀ ਆਪਣਾ ਚੱਲੇਗਾ ਤੇ ਇੱਥੇ ਲਿਖ ਲਓ ਬੱਚਿਓ ਸਾਂਝਾ ਗੁਣ ਸਾਂਝਾ ਗੁਣ ਕੀ ਆ ਗਿਆ ਬੱਚਿਓ 18 ਤੇ ਸਾਡਾ ਜਿਹੜਾ ਆ ਆਨਸਰ ਆ ਗਿਆ ਬੱਚਿਓ ਲਾਸਵ 18 ਆਨਸਰ ਆ ਗਿਆ ਸਾਡੇ ਕੋਲ ਹੈਨਾ ਸਾਨ ਚਲੋ ਅਸੀਂ ਇਸੇ ਤਰ੍ਹਾਂ ਸੀ ਪਾੜ ਕਰਦੇ ਆ ਬੱਚਿਓ ਹੁਣ ਦੇਖੋ ਬੱਚਿਓ ਵੀ ਅਸੀਂ ਗੁਣਜਵਿਧੀ ਰਾਹੀਂ ਕੱਢਾਂਗੇ 25 ਦੇ ਗੁਣਜ ਲਿਖ ਲਓ ਪਹਿਲੇ 25 25 ਦੋਨਾ 50 25 3 75 25 4 100 ਅਗੇ ਅਸੀਂ 50 ਦੇ ਗੁਣਜ ਲਿਖਾਂਗੇ 50 1 50 50 9 150 3 150 ਹੁਣ ਅਗਲਾ ਸਟੈਪ ਕੀ ਹੈ ਬੱਚਿਓ ਅਸੀਂ ਸਾਂਝਾ ਗੁਣਜ ਲਿਖਣਾ ਹੈ ਸਾਂਝਾ ਗੁਣਜ ਕਿਹੜਾ ਹੈ ਬੱਚਿਓ ਦੇ ਵਿੱਚ ਦੇਖੋ ਆ 50 ਦੋਨੋਂ ਵਿੱਚ ਹੈਗੇ ਆ 50 100 ਵੀ ਹੈਗਾ ਸਾਂਝਾ ਗੁਣਜ ਲੇਕਿਨ ਆਨਸਰ ਕਿਹੜਾ ਹੋਏਗਾ ਬੱਚਿਓ ਛੋਟਾ ਛੋਟੇ ਤੋਂ ਛੋਟਾ ਜਿਹੜਾ ਸਾਂਝਾ ਗੁਣਜ ਹੈ ਉਹ ਸਾਡਾ ਕੀ ਹੋਏਗਾ ਲਸਬ ਤੇ ਲਸਵ ਸਾਡਾ ਆ ਗਿਆ ਬੱਚਿਓ 50 ਆਨਸਰ ਆ ਗਿਆ ਅੰਗਲਾਸ ਵਾਲੇ ਬੱਚਿਓ 9 ਅਤੇ 24 ਦਾ ਸਾਂਹੀ ਲਾਸਵਾ ਕੱਢਣਾ ਹੈ ਬੱਚਿਓ ਇਹ ਵੀ ਅਸੀਂ ਗੁਣਜ ਲਾਵਾਂਗੇ ਬੱਚਿਓ ਪਹਿਲੇ 9 ਦੇ ਗੁਣਜ ਲਿਖ ਲਓ ਫਿਰ 24 ਦੇ ਗੁਣਜ ਲਿਖ ਲਓ ਤੇ ਜਦੋਂ ਦੋਨਾਂ ਦਾ ਸਾਂਝਾ ਗੁਣਜ ਸਾਨੂੰ ਮਿਲ ਗਿਆ ਤੇ ਉਹ ਸਾਂਝਾ ਗੁਣਜ ਲਿਖ ਕੇ ਇਹਦਾ ਸਾਡਾ ਆਨਸਰ ਆ ਜਾਏਗਾ ਬੱਚਿਓ ਲਾਸਵ ਆ ਜਾਏਗਾ ਇਸ ਵਾਰ ਤੁਸੀਂ ਆਪ ਕਰਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਬੱਚੇ ਦੂਜਾ ਸਵਾਲ। ហេਠਾ ਦਿੱਤੀਆਂ ਸੰਖਿਆਵਾਂ ਦਾ ਲ.ਸ.ਵ. ਪਤਾ ਕਰੋ। ਇਹ ਵੀ ਅਸੀਂ ਗੁਣਜਵਿਧੀ ਰਾਹੀਂ ਕੱਢ ਲਾਂਗੇ ਬੱਚਿਓ। ਪਹਿਲੇ ਦੋ ਸੰਖਿਆਵਾਂ ਸੀਗੀਆਂ ਹੁਣ ਤਿੰਨ ਸੰਖਿਆਵਾਂ ਹੈਗੀਆਂ। ਅਸੀਂ ਬੱਚੇ ਨੂੰ ਗੁਣਜਵਿਧੀ ਰਾਹੀਂ ਕਰਾਂਗੇ। ਪਹਿਲੇ 4 ਦੇ ਗੁਣਜ ਲਿਖਾਂਗੇ। ਫਿਰ ਅਸੀਂ ਲਿਖਾਂਗੇ 8 ਦੇ ਗੁਣਜ, ਫੇਰ ਲਿਖਾਂਗੇ ਅਸੀਂ 12 ਦੇ ਗੁਣਜ। ਪਹਿਲੇ 4 ਦੇ ਲਿਖ ਲਓ। 1 ਚੌਕਾ 4, 2 ਚੌਕੇ 8, 3 ਚੌਕੇ 12, 4 ਚੌਕੇ 16, 5 ਚੌਕੇ 20। ਅਗੇ 8 ਦੇ ਲਿਖਾਂਗੇ ਬੱਚਿਓ। 1 8 2 8 16 3 8 24 ਅੱਗੇ 12 ਲਿਖਾਂਗੇ ਬੱਚਿਓ 12 ਕੰ 12 12 24 12 36 ਉਹ ਦੇਖੋ ਬੱਚੇ ਸਾਡੇ ਚ ਇੱਥੇ ਸਾਂਝਾ ਗੁਣਖੰਡ ਆ ਗਿਆ ਹਲੇ ਕਿ ਨਹੀਂ ਆਇਆ ਨਹੀਂ ਹਲੇ ਨਹੀਂ ਆ ਰਿਹਾ ਕੋਈ ਵੀ 12 ਇੱਥੇ 12 ਨਹੀਂ ਹੈਗੇ ਥੋੜੇ ਨੂੰ ਵਧਾ ਦਿਓ ਅੱਗੇ ਹੋਰ ਅਸੀਂ ਵਧਾ ਸਕਦੇ ਹਾਂ ਬਾਅਦ ਵਿੱਚ ਵੀ ਦੇਖ ਸਕਦੇ ਹਾਂ ਸਾਂਝਾ ਗੁਣਖੰਡ ਨਹੀਂ ਆ ਰਿਹਾ ਅੱਗੇ 24 ਦੋਨਾਂ ਚਾਰੇ 21 ਇੱਥੇ 24 ਆ ਸਕਦਾ ਬਿਲਕੁਲ ਆਏਗਾ 4 6 24 ਦੇਖੋ ਬੱਚਿਓ ਆ ਸਾਡਾ ਸਾਂਝਾ ਗੁਣਜ ਹੈ ਤੇ ਲਿਖ ਲਓ ਸਾਂਝਾ ਗੁਣਜ ਸਭ ਤੋਂ ਛੋਟਾ ਹੈ 36 ਤੇ ਸਾਡਾ ਜਿਹੜਾ ਲਾਸਵਾ ਹੈ ਸੌਰੀ ਛਕਤੀ ਵਿੱਚ 24 ਹੈ 24 ਤੇ ਸਾਡਾ ਲਾਸਵਾ ਕਿੰਨਾ ਆ ਗਿਆ ਬੱਚਿਓ 24 ਆਨਸਰ ਆ ਗਿਆ ਸਾਡੇ ਕੋਲ ਇਸੇ ਤਰ੍ਹਾਂ ਬੱਚਿਓ ਅਗਲਾ ਸਵਾਲ ਹੈ 6 12 ਅਤੇ 24 ਦਾ ਅਸੀਂ ਲਾਸਵਾ ਕੱਢਣਾ ਹੈ ਸੇਮ ਹੈ ਬੱਚਿਓ ਅਸੀਂ ਗੁਣਜ ਵਿਧੀ ਰਾਹੀਂ ਕੱਢਾਂਗੇ 1 1 1 2 12 3 18 4 24 5 30 6 36 ਅੱਗੇ 12 ਦਾ ਦੇਖ ਲਓ ਬੱਚਿਓ 12 1 12 12 2 24 12 3 36 12 4 48 12 5 60 ਅੱਗੇ 24 ਦਾ ਦੇਖਾਂਗੇ ਬੱਚਿਓ 24 1 24 24 2 48 24 3 72 ਬੱਚਿਓ ਦੇਖੋ ਇਦੇ ਵਿੱਚ ਸਾਂਝਾ ਜਿਹੜਾ ਗੁਣ ਜ ਹੈ ਦੋਨਾਂ ਵਿੱਚ ਆ ਰਿਹਾ ਲੇਕਿਨ ਉੱਤੇ ਨਹੀਂ ਆ ਰਿਹਾ ਦੇਖੋ ਉੱਤੇ 48 ਆਏਗਾ ਕਿ ਨਹੀਂ ਆਏਗਾ ਇਹਨੂੰ ਵਧਾ ਕੇ ਦੇਖ ਲਓ 70 42 80 6 48 ਤੇ ਵਿੱਚੋਂ ਆ ਦੋ ਮਲਸਾ ਆਪਣੇ ਸਾਂਝੇ ਗੁਣ ਜਾ ਗਏ ਆ ਹਾਂ ਆਪਣੇ ਦੇਖੋ ਵਿੱਚ ਸਾਂਝਾ ਸਭ ਤੋਂ ਛੋਟਾ ਗੁਣ ਜ ਕੀ ਹੈ ਆ 12 ਇੱਥੇ ਇਧਰ ਇਧਰ ਨਹੀਂ ਹੈ 24 ਹੈਗਾ ਵਿੱਚੋਂ ਇੱਥੇ ਇਹਦੇ ਵਿੱਚ ਵੀ ਹੈਗਾ ਇਹਦੇ ਵਿੱਚ ਵੀ ਹੈਗਾ ਤੇ 48 ਵੀ ਹੈਗਾ ਤਿੰਨਾਂ ਚ ਲੇਕਿਨ ਸਾਨੂੰ ਕੀ ਹੈ ਬੱਚਿਓ ਸਾਂਝਾ ਜਿਹੜਾ ਛੋਟੇ ਤੋਂ ਛੋਟਾ ਗੁਣਜ ਹੈ ਉਹ ਚਾਹੀਦਾ ਹੈਗਾ ਤੇ ਅਸੀਂ ਕੀ ਲਿਖਾਂਗੇ ਇੱਥੋਂ ਸਾਂਝਾ ਗੁਣਜ ਸਾਂਝਾ ਗੁਣਜ ਦੇਖੋ ਬੱਚਿਓ ਵੈਸੇ ਤਾਂ ਸਾਡੇ ਕੋਲ ਦੋ ਆ ਗਏ 24 ਵੀ ਆ ਗਿਆ 48 ਵੀ ਆ ਗਿਆ ਲੇਕਿਨ ਅਸੀਂ ਛੋਟਾ ਗੁਣਜ ਲਵਾਂਗੇ ਤੇ ਲਾ ਸਵਾ ਕਿੰਨਾ ਹੋ ਗਿਆ ਸਾਡੇ ਕੋਲ ਬੱਚਿਓ 24 ਹਾਂ ਬੱਚਿਓ ਨੈਕਸਟ ਹੈ ਆਪਣਾ ਸੀ ਸਵਾਲ 15 18 27 ਦਾ ਲਸਵ ਪਤਾ ਕਰੋ ਬੱਚਿਓ ਸੰਖਿਆਵਾਂ ਵੱਡੀਆਂ ਹਨ ਇਹਦੇ ਵਿੱਚ ਤੇ ਅਸੀਂ ਨੂੰ ਗੁਣਜ ਵਿਧੀ ਰਾਹੀਂ ਕਰਨਾ ਥੋੜਾ ਔਖਾ ਹੋ ਜਾਏਗਾ ਉਸੋਂ ਅਸੀਂ ਭਾਗ ਵਿਧੀ ਰਾਹੀਂ ਕਰਾਂਗੇ ਭਾਗ ਵਿਧੀ ਵਿੱਚੋਂ ਆਮ ਤੌਰ ਤੇ ਅਸੀਂ ਜਿਹੜੇ ਲਸਵ ਕੱਢਦੇ ਹਾਂ ਉਹ ਭਾਗ ਵਿਧੀ ਰਾਹੀਂ ਕੱਢਦੇ ਹਾਂ ਕਿਉਂਕਿ ਭਾਗ ਵਿਧੀ ਸਭ ਤੋਂ ਆਸਾਨ ਹੈ ਕਿਸ ਤਰ੍ਹਾਂ ਕਰਾਂਗੇ ਬੱਚਿਓ ਧਿਆਨ ਨਾਲ ਦੇਖਿਓ 15 18 27 ਆਹ ਹੈਗੀ ਬੱਚਿਓ ਆਪਣੀ ਭਾਗ ਵਿਧੀ ਦੇਖੋ ਪਹਿਲੇ 2 ਨਾਲ ਭਾਗ ਨਹੀਂ ਹੋਏਗਾ ਕਿਉਂਕਿ ਅਸੀਂ ਉਸ ਸੰਖਿਆ ਨਾਲ ਭਾਗ ਕਰਾਂਗੇ ਜਿਸ ਦੇ ਨਾਲ ਘੱਟੋ ਘੱਟ ਦੋ ਸੰਖਿਆਵਾਂ ਨੂੰ ਭਾਗ ਹੋ ਜਾਵੇ ਤੇ 2 ਨਾਲ 18 ਨੂੰ ਤਾਂ ਭਾਗ ਹੋ ਜਾਏਗਾ ਲੇਕਿਨ 15 ਤੇ 27 ਨੂੰ ਭਾਗ ਨਹੀਂ ਹੋਣਾ ਇਸ ਲਈ ਅਗਲੀ ਜਿਹੜੀ ਅਭਾਜ ਸੰਖਿਆ ਕੀ 3 ਹੈਗੀ 3 ਨਾਲ ਹੋ ਜਾਏਗਾ ਸਾਰਿਆਂ ਨੂੰ ਹੋ ਜਾਏਗਾ 3 5 15 3 6 18 3 9 27 ਅੱਗੇ ਬੱਚਿਓ ਫਿਰ 3 ਨਾਲ ਹੋ ਜਾਏਗਾ ਇਹਦੇ ਵਿੱਚ ਬੱਚਿਓ ਇੱਕ ਗੱਲ ਧਿਆਨ ਵਿੱਚ ਰੱਖੋ ਜਿਹੜੀ ਸੰਖਿਆ ਨੂੰ ਭਾਗ ਨਹੀਂ ਹੋਏਗਾ ਉਹ ਅਸੀਂ ਉਸੇ ਤਰ੍ਹਾਂ ਥੱਲੇ ਲਿਖ ਦਵਾਂਗੇ ਜਦੋਂ ਤਿੰਨ ਨਾਲ ਪੰਜ ਨੂੰ ਭਾਗ ਨਹੀਂ ਹੋਏਗਾ ਤੇ ਇੱਥੇ ਪੰਜ ਹੀ ਲਿਖ ਦਵਾਂਗੇ ਅਸੀਂ ਅੱਗੇ ਵਿੱਚ 3 ਦੋਣੀ 6 ਤੇ 3 ਤੀਏ 9 ਅੱਗੇ ਵਿੱਚ ਤਿੰਨ ਨਾਲ ਕਿਸੇ ਨੂੰ ਨਹੀਂ 1 ਨੂੰ ਹੋਏਗਾ 2 ਨੂੰ ਨਹੀਂ ਹੋਏਗਾ ਹੁਣ ਮਤਲਬ ਕੋਈ ਐਦਾਂ ਦੀ ਸੰਖਿਆ ਨਹੀਂ ਹੈਗੀ ਐ ਜਿਹਦੇ ਨਾਲ ਦੋ ਸੰਖਿਆਵਾਂ ਨੂੰ ਭਾਗ ਹੋ ਜਾਵੇ ਤੇ ਅਸੀਂ ਅੱਗੇ ਤੋਂ ਭਾਗ ਨਹੀਂ ਕਰਾਂਗੇ ਤੇ ਕੀ ਲਿਖਾਂਗੇ ਬੱਚਿਓ ਅਸੀਂ ਇਸ ਤਰ੍ਹਾਂ ਪਹਿਲੇ ਤਿੰਨ ਆ ਗਿਆ ਸਾਡੇ ਕੋਲ ਫਿਰ ਤਿੰਨ ਉਹ ਤੋਂ ਬਾਅਦ ਬੱਚੇ ਜਿਹੜੀ ਸੰਖਿਆਵਾਂ ਇੱਥੇ ਬਚਦੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਲਿਖਾਂਗੇ نیچے 5 2 3 ਹੁਣ ਇਹਨਾਂ ਨੂੰ ਗੁਣਾ ਕਰ ਲਓ ਆਪਸ ਵਿੱਚ ਬੱਚਿਓ ਇੱਦਾਂ ਤੁਹਾਨੂੰ ਨਾ ਥੋੜਾ ਔਖਾ ਲੱਗੇ ਇਸ ਤਰ੍ਹਾਂ ਇਹਨਾਂ ਨੂੰ ਵੰਡ ਲਿਆ ਕਰੋ 33 9 5 ਦੋਣੀ 10 ਤੇ 3 ਕੱਲੇ ਹੈਗੇ 3 ਨੂੰ 3 ਲਿਖ ਲਓ ਹੁਣ ਇਸ ਤਰ੍ਹਾਂ ਕਰ ਲਓ ਬੱਚਿਓ 10 90 ਤੇ 3 ਨੂੰ ਇਸ ਤਰ੍ਹਾਂ ਲਿਖ ਲਓ 93 27 ਤੇ ਸਾਡਾ ਜਿਹੜਾ ਲਾਸਵ ਹੈ ਬੱਚਿਓ 270 ਆ ਗਿਆ ਹੈ ਨਾ ਸਾਨ ਬੱਚਿਓ ਚਲੋ ਹੁਣ ਤੋਂ ਬਾਅਦ ਅਸੀਂ ਅਗਲਾ ਪਾਠ ਕਰਾਂਗੇ ਦੀ ਪਾਠ ਇਹ ਵੀ ਅਸੀਂ ਭਾਗ ਵਿਧੀ ਰਾਹੀਂ ਕਰਾਂਗੇ ਕਿਉਂਕਿ ਗੁਣਜ ਵਿਧੀ ਰਾਹੀਂ ਇਸ ਦਾ ਥੋੜਾ ਔਖਾ ਲੱਗੇਗਾ ਬੱਚਿਓ ਗੁਣਜ ਵੱਡੇ ਬਣ ਜੂਗੇ ਤੇ ਭਾਗ ਵਿਧੀ ਰਾਹੀਂ ਕਰਾਂਗੇ ਬਹੁਤ ਆਸਾਨ ਹੈ 24 36 ਅਤੇ 40 ਹਾਂ ਬੱਚਿਓ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ ਕਿ ਅਸੀਂ ਉਸ ਸੰਖਿਆ ਨਾਲ ਭਾਗ ਕਰਾਂਗੇ ਜਿਸਨ ਘੱਟੋ ਘੱਟ ਦੋ ਸੰਖਿਆਵਾਂ ਨੂੰ ਭਾਗ ਹੋ ਜਾਵੇ ਦੋ ਨਾਲ ਹੋ ਜਾਏਗਾ ਬੱਚੇ ਕਿਉਂਕਿ ਪਿੱਛੇ 4 6 8 ਜਿਹੜੀ ਸੰਖਿਆ ਦੇ ਵਿੱਚੇ 0 2 4 6 8 ਹੋਵੇ ਉਹ ਦੋ ਨਾਲ ਭਾਗ ਹੋ ਜਾਂਦੀ ਹੈ 12 ਦੁਨਾ 24 18 ਦੁਨਾ 36 20 ਦੁਨਾ 40 ਫਿਰ ਬੱਚੇ ਦੋ ਨਾਲ ਭਾਗ ਹੋ ਜਾਏਗਾ 2 6 12 2 9 18 2 10 20 ਫਿਰ ਦੋ ਨਾਲ ਭਾਗ ਹੋ ਜਾਏਗਾ 2 3 6 ਤੁਨੂੰ ਪਹਿਲੇ ਹੀ ਦੱਸਿਆ ਸੀਗਾ ਕਿ ਜਿਹੜੀ ਸੰਖਿਆ ਨੂੰ ਭਾਗ ਨਾ ਹੋਵੇ ਉਸੇ ਤਰ੍ਹਾਂ ਲਿਖ ਦਿਓ ਨੂੰ ਇਹਨੂੰ ਨੌ ਨੂੰ ਭਾਗ ਨਹੀਂ ਹੁੰਦਾ ਨੌ ਹੀ ਲਿਖਤਾ 2 5 10 ਅੱਗੇ ਬੱਚੇ ਤਿੰਨ ਨਾਲ ਹੋ ਜਾਏਗਾ 3 1 3 3 3 ਇਹ 9 ਇਹਨੂੰ ਨਹੀਂ ਹੁੰਦਾ ਤੇ ਇੱਥੇ 5 ਦੇ 5 ਹੀ ਲਿਖ ਲਓ ਬਸ ਹੁਣ ਬੱਚੇ ਕੋਈ ਸੰਖਿਆ ਦਾ ਹੀ ਨਹੀਂ ਹੈਗੀ ਜਿਹੜੀ ਦੋਨਾਂ ਨੂੰ ਭਾਗ ਕਰ ਸਕੇ ਇਸ ਲਈ ਅਸੀਂ ਇਦਾਂ ਹੀ ਰਹਿਣ ਦਵਾਂਗੇ ਹੁਣ ਇਹਨੂੰ ਗੁਣਾ ਕਰਾਂਗੇ ਬੱਚੋ 2 2 2 3 ਆ ਵੀ ਅਸੀਂ ਲਿਖਾਂਗੇ ਨਾਲ ਹੀ ਗੁਣਾ 3 5 ਹੁਣ ਬੱਚੋ ਅੱਗੇ ਇਹਨਾਂ ਅਸੀਂ ਗੁਣਾ ਕਰਨੀ ਹੈਗੀ ਐ 2 2 ਦੇ ਜੋੜੇ ਬਣਾ ਲਓ ਬਿਸ਼ੱਕ 2 2 4 3 2 6 5 3 15 ਹਾਂ ਅੱਗੇ ਇੱਧਰ ਲਗਾ ਲਓ ਬੱਚੇ ਬਿਸ਼ੱਕ ਚਾਹੀਨਾਂ ਨੂੰ ਦੋ ਕਰ ਲਓ ਆਨਸਰ ਆਪਣਾ ਸੇਮ ਹੀ ਆਏਗਾ 15 6 90 ਅੱਗੇ ਆ ਕੇ ਸਾਡੇ ਕੋਲ 360 ਸਾਡਾ ਲ ਸ ਵ 360 ਆ ਗਿਆ ਬੱਚਿਓ ਅਗਲਾ ਹੈ ਆਪਣਾ ਤੀਜਾ ਸਵਾਲ ਹੈ। 8 ਅਤੇ 10 ਅੰਕਿਆਵਾਂ ਦਾ ਲਸਵ ਅਪਾਜ ਗੁਣਖੰਡ ਵਿਧੀ ਰਾਹੀਂ ਪਤਾ ਕਰੋ। ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਆਪਣਾ ਲਸਵ ਕੱਢਣ ਦੀਆਂ ਕਿੰਨ ਵਿਧੀਆਂ ਹੈਗੀਆਂ। ਅਸੀਂ ਭਾਗ ਵਿਧੀ ਵੀ ਕਰ ਲਈ, ਗੁਣਜ ਵਿਧੀ ਵੀ ਕਰ ਲਈ ਹੈ ਤੇ ਹੁਣ ਅਸੀਂ ਕਰਾਂਗੇ ਅਪਾਜ ਗੁਣਖੰਡ ਵਿਧੀ। ਪਹਿਲਾਂ ਅਸੀਂ 32 ਦੇ ਅਪਾਜ ਗੁਣਖੰਡ ਲਿਖਾਂਗੇ ਫਿਰ 40 ਦੇ ਕੱਢਾਂਗੇ ਬੱਚਿਓ। ਪਹਿਲੇ ਦੋ ਨਾਲ ਕਰਾਂਗੇ ਬੱਚਿਓ 16 ਦੁਨਾ 32 ਫਿਰ 8 ਨਾਲ 8 ਆਗੇ 2 8 16 2 ਚੋਕੇ 8 2 ਦੁਣੀ 4 ਫਿਰ ਦੋ ਨਾਲ ਕਰਾਂਗੇ ਆ ਸਾਡੇ ਆਗੇ ਅਭਾਜ ਗੁਣਖੰਡ ਹੁਣ 40 ਦੇ ਕੱਢਾਂਗੇ ਬੱਚਿਓ ਦੋ ਨਾਲ ਹੋਏਗਾ 20 ਦੁਨਾ 40 2 ਦਾ 20 2 5 10 ਅਗੇ 5 1 5 ਹੁਣ ਇੱਥੇ ਲਿਖ ਲਓ ਬੱਚਿਓ 32 ਤੇ 40 ਦੇ ਅਸੀਂ ਅਭਾਜ ਗੁਣਖੰਡ ਲਿਖਾਂਗੇ 32 ਦੇ ਕਿਹੜੇ ਆਇਆਗੇ 1 2 3 4 5 5 ਵਾਰੀ ਸੀ ਦੋ ਨੂੰ ਗੁਣਾ ਕਰਾਂਗੇ ਅੱਗੇ ਬੱਚਿਓ 3 ਵਾਰੀ ਦੋ ਨੂੰ ਕਰਾਂਗੇ ਤੇ ਅੱਗੇ 5 ਹਾਂ ਇਹਦੇ ਵਿੱਚ ਬੱਚਿਓ ਕੀ ਕਰਨਾ ਹੈ ਅਸੀਂ ਅਸੀਂ ਇਹਦੇ ਆਪਣੇ ਪਹਿਲੇ ਸਾਂਝੇ ਗੁਣਖੰਡ ਲਿਖਣੇ ਹੈ ਆਪਾਂ ਸਾਂਝੇ ਗੁਣਖੰਡ ਧਿਆਨ ਨਾਲ ਦੇਖਿਓ ਵਿੱਚ ਥੋੜਾ ਜਿਹਾ ਫਰਕ ਹੈ ਇਹਦੇ ਵਿੱਚ ਪਹਿਲੇ ਆਪਣੇ ਕੋਲ ਆ ਗਿਆ ਹੁਣ ਬੱਚੇ ਪਹਿਲੇ ਆ ਗਿਆ ਸਾਡੇ ਕੋਲ 2 ਸਾਂਝਾ ਹੈਗਾ 2 ਫਿਰ 2 ਆ ਗਿਆ ਅਗਲੇ ਕੋ ਗੁਣਾ 2 ਫਿਰ 2 ਆ ਗਿਆ 2 ਹੁਣ ਉਸ ਤੋਂ ਬਾਅਦ ਬੱਚਿਓ ਇਹ ਹੋਵੇ ਸਾਂਝੇ ਜਿਹੜੇ ਬਾਕੀ ਗੁਣਖੰਡ ਰਹਿ ਗਏ ਆ ਆ ਬਾਕੀ ਗੁਣਖੰਡ ਬਾਕੀ ਕਿਹੜੇ ਬਚ ਗਏ ਉਹ ਲਿਖ ਲੋ ਇਹਦੇ ਵਿੱਚ ਆ ਆ ਤੇ ਆ ਤਿੰਨ ਬਚ ਗਏ ਤੇ ਇਹ ਲਿਖ ਲੋ ਸਾਰੇ ਲਿਖਨੇ ਜਿਹੜੇ ਬਾਕੀ ਬਚ ਗਏ ਸਾਂਝੇ ਨਹੀਂ ਐ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਆਪਸ ਵਿੱਚ ਗੁਣਾ ਕਰ ਦਵਾਂਗੇ ਜਿਵੇਂ 2 2 4 4 2 8 8 5 40 40 2 80 80 2 160 ਜਿਹਦਾ ਤਰੀਕਾ ਦੱਸਿਆ ਹੋਇਆ ਉਹਦਾ ਕਰਕੇ ਬੱਚਿਓ ਇਹਦਾ 160 ਆ ਜਾਏਗਾ ਤੇ ਲਾਸਵਾ ਕੀ ਹੈ ਬੱਚਿਓ 160 ਆਨਸਰ ਹਮਚੇ ਦੇਖੋ ਇਸ ਸਵਾਲ ਵਿੱਚ ਮੇਨ ਗੱਲ ਕੀ ਹੈ ਪਹਿਲਾਂ ਤਾਂ ਅਸੀਂ ਸਾਂਝੇ ਗੁਣਖੰਡ ਲੱਗ ਲਿਖਾਂਗੇ ਜਿਹੜੇ ਬਾਕੀ ਸਾਂਝੇ ਨਹੀਂ ਹੈਗੇ ਉਹਨਾਂ ਨੂੰ ਅਲੱਗ ਲਿਖ ਲਓ ਤੇ ਬਾਕੀ ਸਾਰੇ ਨੂੰ ਆਪਸ ਵਿੱਚ ਗੁਣਾ ਕਰ ਦਿਓ ਸਾਡਾ ਲਾਸਵ ਨਿਕਲ ਜਾਏਗਾ ਇਸ ਤਰ੍ਹਾਂ ਬੱਚੋ ਅਗਲਾ ਸਵਾਲ ਹੈ 24 ਅਤੇ 36 ਦੇ ਆ ਲ.ਸ.ਵ. ਕੱਢਣਾ ਹੈਗਾ ਪਹਿਲੇ ਇਹਦੇ ਵੀ ਬੱਚੋ ਅਸੀਂ ਆ ਲਵਾਂਗੇ ਆ ਭਾਜਗੁਣ ਗੁਣਖੰਡ ਵਿਧੀ ਰਾਹੀਂ ਪੁੱਛਿਆ ਸਾਨੂੰ ਕਿਹਾ ਹੈ ਕਿ ਭਾਜਗੁਣਖੰਡ ਵਿਧੀ ਵਾਲਾ ਤਰੀਕਾ ਲਗਾਉਣਾ ਹੈ ਤੇ ਪਹਿਲੇ ਬੱਚੋ ਦੋ ਨਾਲ ਜਾਏਗਾ 12 24 ਫਿਰ ਦੋ ਨਾਲ 6 2 12 ਦੋਤੀਏ 6 ਤਿੰਨ ਨਾਲ 1 ਅੱਗੇ ਬੱਚੋ ਦੋ ਨਾਲ 18 2 36 ਦੋਨਾਂ 18 33 ए 9 ਇਹ ਚ ਲਿਖ ਲਓ ਬੱਚਿਓ ਨਾਲ ਦੇ ਆਪਾ ਆਜ ਗੁਣਖੰਡ ਕਿੰਨੀ ਵਾਰ ਹੈਗਾ ਤਿੰਨ ਵਾਰੀ 2 ਹੈ ਤੇ ਇੱਕ ਵਾਰ 3 36 ਦੇ ਕਿੰਨੇ ਬੱਚਿਓ 2 ਵਾਰੀ 2 ਹੈਗਾ ਤੇ 2 ਵਾਰੀ 3 ਹੈਗਾ ਤੇ ਇਹਦੇ ਚ ਕੀ ਹੁੰਦਾ ਬੱਚਿਓ ਦੋ ਸਟੈਪ ਹੁੰਦੇ ਆ ਪਹਿਲੇ ਅਸੀਂ ਲੈਨੇ ਆ ਸਾਂਝੇ ਗੁਣਖੰਡ ਸਾਂਝੇ ਕਿਹੜੇ ਬੱਚਿਓ ਆਹ 2 ਹੋ ਗਿਆ ਆ ਵੀ 2 ਹੋ ਗਏ ਉਤਵਾ ਸਾਂਝੇ ਗੁਣਖੰਡ ਆ ਵਿੱਚ ਤਿੰਨ ਵੀ ਆ ਗਿਆ ਇੱਕ ਤਿੰਨ ਬਾਕੀ ਕੀ ਬਚ ਗਿਆ ਵਿੱਚ ਬਾਕੀ ਗੁਣਖੰਡ ਬਾਕੀ ਵਿੱਚ ਇਕਾ ਦੋ ਬਚ ਗਿਆ ਇਕਾ ਤਿੰਨ ਬਚ ਗਿਆ ਹੁਣ ਕੀ ਹੈ ਅਗਲਾ ਸਟੇਪ ਬੱਚਿਓ ਆ ਸਾਰੇ ਨੂੰ ਅਸੀਂ ਕੀ ਕਰਾਂਗੇ ਗੁਣਾ ਕਰ ਦਵਾਂਗੇ 2 2 4 4 3 12 12 2 24 ਤੇ 36 3 108 ਬੱਚੇ ਦੁਬਾਰਾ ਦੇਖੋ 2 2 4 4 3 12 12 36 36 ਦੁਣਾ 72 ਠੀਕ ਹੈ ਬੱਚਿਓ 72 ਸਾਡਾ ਲਾਸਵ ਆ ਗਿਆ ਲਾਸਵ 72 ਆਨਸਰ ਆ ਗਿਆ ਠੀਕ ਹੈ ਬੱਚਿਓ ਚਲੋ ਅਗਲਾ ਸਵਾਲ ਕਰਦੇ ਹਾਂ ਆਪਾਂ ਹੁਣ ਸਾਡੇ ਕੋਲ ਬੱਚਿਓ ਤਿੰਨ ਸੰਖਿਆਵਾਂ ਹਨ ਤੇ ਅਸੀਂ ਅਪਾਜ ਗੁਣਖੰਡ ਵਿਧੀ ਰਾਹੀਂ ਲਾਸਵ ਕੱਢਾਂਗੇ ਇਦੇ ਵਿੱਚ ਬਸ ਤਿੰਨਾਂ ਹੀ ਸੰਖਿਆਵਾਂ ਦਾ ਅਸੀਂ ਪਹਿਲੇ ਅਭਾਜ ਗੁਣਖੰਡ ਕੱਢਾਂਗੇ ਬੱਚਿਓ 15 ਦੇ ਕੱਢਾਂਗੇ ਫੇ 30 ਦੇ ਤੇ ਫੇਰ 45 ਦੇ ਹਾਂ ਸਭ ਤੋਂ ਪਹਿਲਾਂ ਬੱਚਿਓ 2 ਨਾਲ ਨਹੀਂ ਜਾਏਗਾ ਕਿਉਂਕਿ ਪਿੱਛੇ 5 ਹੋਵੇ ਤੇ 2 ਨਾਲ ਭਾਗ ਨਹੀਂ ਹੁੰਦੀ 3 ਨਾਲ ਜਾਏਗਾ 3 5 15 ਫੇਰ 5 ਨਾਲ ਜਾਏਗਾ 1 ਆ ਬੱਚਿਓ 2 ਨਾਲ ਹੋ ਜਾਏਗਾ 15 2 30 ਫੇਰ 3 ਨਾਲ ਫੇਰ 5 ਨਾਲ ਆ ਬੱਚਿਓ 3 ਨਾਲ ਹੋਏਗਾ ਪਹਿਲੇ 15 3 45 ਫਿਰ 3 ਨਾਲ ਤੇ ਆ ਬੱਚਿਓ ਤੁਹਾਨੂੰ ਪਹਿਲੇ ਸਿਖਾਏ ਹੋਏ ਆ ਅਪਾਜ ਗੁਣ ਗੁਣਖੜ ਕਿਵੇਂ ਕੱਢਣੇ ਆ ਤੇ ਹੁਣ ਕੀ ਆ ਬਿਲਕੁਲ ਜਿਦਾ ਪਹਿਲੇ ਕੱਢਿਆ ਸੀ ਆਪਾਂ 15 ਦੇ ਅਪਾਜ ਗੁਣਖੰਡ ਲਿਖ ਲਓ ਉਸ ਤੋਂ ਬਾਅਦ ਆਪਾਂ 30 ਦੇ ਅਪਾਜ ਗੁਣਖੰਡ ਲਿਖਣੇ ਆ 2 3 5 ਆਹ ਵਾਲੇ ਲਿਖੇ ਬੱਚਿਓ ਆਪਾਂ ਉਸ ਤੋਂ ਬਾਅਦ 45 ਦੇ ਅਪਾਜ ਗੁਣਖੰਡ ਆਹ ਵਾਲੇ ਲਿਖਾਂਗੇ 3 3 5 ਹੁਣ ਕੀ ਹੈ ਬੱਚਿਓ ਪਹਿਲੇ ਆਪਾਂ ਕੱਢਾਂਗੇ ਸਾਂਝੇ ਗੁਣਖੰਡ ਸਾਂਝੇ ਗੁਣਖੰਡ ਵਿੱਚ ਲਾਈਨ ਲਗਾ ਲਿਆ ਕਰੋ ਵਿਸ਼ੇਕ ਪਤਾ ਲੱਗ ਜਾਂਦਾ ਕਿਹੜੇ-ਕਿਹੜੇ ਆਹੋਗੇ ਕਿਹੜੇ ਰਹਿ ਗਏ ਆਹ ਵਾਲੇ ਤਿੰਨ ਹੋ ਗਿਆ ਪਹਿਲੇ ਉਤ ਤੋਂ ਬਾਅਦ ਬੱਚਿਓ ਆ ਪੰਜ ਹੈਗੇ ਆ ਅੱਛਾ ਹੁਣ ਅੱਗੇ ਬਾਕੀ ਬਾਕੀ ਗੁਣਖੰਡ ਕਿਹੜੇ-ਕਿਹੜੇ ਬਚ ਗਏ ਆ ਆਦਿਕੋ ਆ ਦੋ ਬਚ ਗਿਆ ਦੋ ਲਿਖ ਲੋ ਆ ਤਿੰਨ ਵੀ ਬਚਿਆ ਹੋਇਆ ਤੇ ਗੁਣਾ ਤੇਨ ਲਿਖ ਲੋ ਹੁਣ ਅਗਲਾ ਸਟੈਪ ਕੀ ਹੈ ਬੱਚੋ ਇਹਨਾਂ ਸਾਰੇ ਨੂੰ ਅਸੀਂ ਆਪਸ ਵਿੱਚ ਗੁਣਾ ਕਰਨੀ ਹੈ ਹਾਂ 5 ਨੂੰ 3 ਅਸੀਂ ਬੱਚੇ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਅਗਲਾ ਸਟੈਪ ਬਣਾ ਸਕਦੇ ਹਾਂ ਇਸ ਤਰ੍ਹਾਂ ਅਸੀਂ ਇਕੱਠੇ ਸਾਂਝੇ ਕਰਕੇ ਲਿਖ ਲੋ ਤੇ ਹੁਣ ਕੀ ਆ 3 5 15 15 2 30 3 3 90 ਤੇ ਸਾਡਾ ਜਿਹੜਾ ਲਾਸ ਆਵਾ ਕਿੰਨਾ ਆ ਗਿਆ ਬੱਚਿਓ 90 ਆਨਸਰ ਆ ਗਿਆ ਠੀਕ ਹੈ ਬੱਚਿਓ 90 ਸਾਡਾ ਆਨਸਰ ਆ ਗਿਆ ਅਗਲਾ ਸਵਾਲ ਹੈ ਬੱਚਿਓ ਅਪਾਜ ਗੁਣਖੰਡ ਵਿਧੀ ਹੈ ਅਸੀਂ ਇਹਦੇ ਵਿੱਚ ਬੱਚੇ ਪਹਿਲੇ 40 ਦੇ ਅਪਾਜ ਗੁਣਖੰਡ ਲਿਖਾਂਗੇ ਫਿਰ ਅਸੀਂ 44 ਦੇ ਲਿਖਾਂਗੇ ਫਿਰ ਅਸੀਂ 48 ਦੇ ਕੱਢਾਂਗੇ ਬੱਚਿਓ ਹਾਂ ਦੇਖ ਲਓ 2 ਨਾਲ ਆ ਗਿਆ 20 ਫਿਰ 2 ਨਾਲ 10 ਆ ਜਾਏਗਾ 2 ਨਾਲ ਬੱਚਿਓ 5 ਫਿਰ 5 ਨਾਲ 1 ਆ ਗਿਆ 2 ਨਾਲ ਬੱਚਿਓ ਇੱਥੇ 22 ਦੇ ਨਾਲ 44 2 ਨਾਲ 11 2 ਨਾਲ 22 ਇਹਦੇ ਬੱਚਿਓ 2 ਨਾਲ ਜਾਏਗਾ ਪਹਿਲੇ ਫਿਰ ਸਭ ਤੋਂ ਮੈਨੇ ਬੱਚਿਓ ਛੋਟੀ ਸੰਖਿਆ ਨਾਲ ਭਾਗ ਕਰੀਦਾ ਹੁੰਦਾ 2 ਨਾਲ ਫਿਰ 3 ਨਾਲ ਫਿਰ 5 ਨਾਲ ਜਿਹੜੇ ਅਭਾਜ ਸੰਖਿਆਵਾਂ ਹੁੰਦੀਆਂ ਉਹਨਾਂ ਨਾਲ ਫਿਰ ਬੱਚਿਓ 2 ਨਾਲ ਹੋਏਗਾ 12 24 ਫੇਦੋ ਨਾਲ ਹੋ ਜਾਏਗਾ ਦੋਸ਼ੀ ਕੇ ਬਾਰਾ ਫੇਦੋ ਨਾਲ 2 3 6 ਤੇ ਫਿਰ ਤਿੰਨ ਨਾਲ 3 1 3 ਅਗਲਾ ਸਟੈਪ ਕੀ ਹੈ ਬੱਚਿਓ 40 ਦੇ ਅਪਾਜ ਗੁਣਖਣ ਲਿਖ ਲਓ ਤਿੰਨ ਵਰੀ ਦੋ ਹੈ ਬੱਚਿਓ ਪਹਿਲੇ ਫਿਰ ਤੋਂ ਬਾਅਦ ਪੰਜ ਠੀਕ ਹੈ 2 2 4 2 8 40 ਪੂਰੇ ਹੋ ਗਿਆ 44 ਨੂੰ ਕੀ ਹੋਏਗਾ ਬੱਚਿਓ 2 2 2 4 ਤੇ 11 ਆ ਬੱਚਿਓ ਆ ਵਾਲੇ ਆ ਗਿਆ ਆ 11 ਨਾਲ ਵੀ ਕਰ ਲਓ ਇੱਕ ਵਾਰੀ ਉਤਾਰ ਬੱਚਿਓ 48 48 ਕਿੰਨੇ ਆ ਬੱਚਿਓ ਚਾਰ ਵਾਰ ਪਹਿਲੇ 2 2 ਲਿਖਿਆ 1 2 3 4 ਤੇ ਅੱਗੇ 3 ਨਾਲ ਅਗਲਾ ਸਟੈਪ ਕੀ ਹੈ ਬੱਚਿਓ ਸਾਂਝਾ ਜਿਹੜੇ ਸਾਂਝੇ ਗੁਣਖੰਡ ਹੈ ਉਹ ਲਿਖਣੇ ਹੁੰਦੇ ਆ ਸਾਂਝੇ ਗੁਣਖੰਡ ਕਿਹੜੇ-ਕਿਹੜੇ ਆਗੇ ਬੱਚਿਓ ਪਹਿਲੇ ਆਗੇ ਸਾਡੇ ਕੋਲ 2 ਫੇਰ 2 ਆਗੇ ਉਸ ਤੋਂ ਬਾਅਦ ਬੱਚਿਓ ਕੋਈ ਸਾਂਝਾ ਗੁਣਖੰਡ ਨਹੀਂ ਹੈ ਲੇਕਿਨ ਅਗਰ 2 ਵੀ ਸਾਂਝੇ ਹੈ ਤੇ ਆਪਾਂ ਉਹ ਵੀ ਲਿਖ ਸਕਦੇ ਆਂ ਦੋ ਕਟਵੜ ਦੋ ਵਿੱਚ ਹੋਣੇ ਚਾਹੀਦੇ ਆ ਤੇ ਆਪਾਂ ਆਪਣਾ ਅਗਲੇ ਵਿੱਚ ਲਿਖਾਂਗੇ ਅਸੀਂ ਆ ਬਾਕੀ ਪਹਿਲੇ ਤਾਂ ਦੇਖੋ ਦੋ ਵਿੱਚ ਜਿਹੜੇ ਦੋ ਵਿੱਚ ਸਾਂਝੇ ਆ ਉਹ ਇੱਕ ਵਾਰ ਲਿਖਨੇ ਆ ਇਹ ਗੱਲ ਧਿਆਨ ਰੱਖਣਾ ਹੈਗਾ ਜਿਹੜੇ ਦੋ ਦੋ ਸੰਖਿਆਵਾਂ ਹੋ ਜਿਹੜੀ ਸਾਂਝੇ ਗੋਣ ਗੋਣਖੰਡ ਹੈਗੇ ਉਹ ਇਕੁਵਾਂ ਲਿਖਨੇ ਆ ਦੋ ਵਾਰ ਨਹੀਂ ਲਿਖਨੇ ਆ ਅੱਗੇ ਸਾਡੇ ਕੋਲ ਦੋ ਬਾਕੀ ਕੀ ਬਚਿਆ ਸੀਗਾ ਪੰਜ ਉਸ ਤੋਂ ਬਾਅਦ ਬੱਚੇਓ 11 ਉਸ ਤੋਂ ਬਾਅਦ ਫੇਰ ਦੋ ਦੋ ਆ ਗਏ ਉਸ ਤੋਂ ਬਾਅਦ ਫੇਰ ਤਿੰਨ ਤੇ ਹਨਾ ਦੇਖੋ ਬੱਚਿਓ ਪਹਿਲੇ ਸਾਡੇ ਦੋ ਵਾਰੀ ਸਾਂਝੇ ਗੁਣਖੰਡ ਆਏ ਦੋ ਦੋ ਬਾਕੀ ਜਿਹੜੇ ਬੱਚੇ ਸੀਗੇ ਆ ਜਿਹੜੇ ਦੋ ਦੋਨਾਂ ਵੀ ਦੋ ਇਕਾ ਲਿਖ ਲਿਆ ਪੰਜ ਆ ਆ ਗਏ ਬੱਚਿਓ 11 ਇੱਧਰ ਆ ਗਏ ਆ ਦੋ ਤੇ ਤਿੰਨ ਲਿਖ ਲਿਆ ਹੁਣ ਅਸੀਂ ਤੇ ਲਿਖਾਂਗੇ ਤੇ ਸਾਰਿਆਂ ਦੁਆਰਾ ਇਕੱਠੇ ਲਿਖ ਲਾਂਗੇ ਬੱਚਿਓ 2 2 2 5 11 2 3 ਹੁਣ ਵਿੱਚੋਂ ਇਹਨਾਂ ਨੂੰ ਤੁਸੀਂ ਆਪਸ ਵਿੱਚ ਗੁਣਾ ਕਰ ਲਓ ਆ ਦੋ ਦੋ ਦੇ ਜੋੜੇ ਬਣਾ ਦਿਓ ਬਿਸ਼ੱਕ ਇਕੱਠਾ ਵੀ ਹੋ ਸਕਦਾ ਹੈਗਾ 2 2 4 5 2 10 11 2 22 ਤੇ 3 ਹਾਂ ਵਿੱਚ ਅੱਗੇ ਕੀ ਕਰਾਂਗੇ ਅਸੀਂ ਆ ਇਹਨਾਂ ਨੂੰ ਕਰ ਲਓ ਦੋ ਇਕੱਠੇ-ਇਕੱਠੇ ਕਰ ਲਓ 10 40 400 22 660 ਤੇ ਹੁਣ ਅਸੀਂ ਕੀ ਕਰਾਂਗੇ 660 ਨੂੰ 40 ਨਾਲ ਗੁਣਾ ਕਰ ਲਓ 6 4 24 6 4 24 ਦੋ 26 ਤੇ ਸਾਡਾ ਲਸਬ ਆ ਗਿਆ ਬੱਚਿਓ 2640 ਅਨਸਰ ਆ ਗਿਆ ਧਿਆਨ ਨਾਲ ਦੇਖ ਲਓ ਬੱਚਿਓ ਕਿਵੇਂ ਕੀਤਾ ਹੈ ਆਪਾਂ ਨੇ ਚਲੋ ਐਸੀ ਸਾਡੇ ਬੱਚਿਓ ਅਪਾਜ ਗੁਣਖੰਡ ਅਗਲਾ ਸਵਾਲ ਹੈ ਆਪਣਾ ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲਸਬ ਭਾਗ ਵਿਧੀ ਰਾਹੀਂ ਪਤਾ ਕਰੋ ਚੁਪਾਗ ਵਿਧੀ ਅਸੀਂ ਪਹਿਲੇ ਵੀ ਕੀਤੀ ਸੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਜਿਹੜੇ ਆਮ ਅਸੀਂ ਲਾਸ ਆਫ ਕੱਢਦੇ ਹਾਂ ਉਹ ਭਾਗ ਵਿਧੀ ਰਾਹੀਂ ਹੀ ਕੱਢਦੇ ਹਾਂ ਬਹੁਤ ਆਸਾਨ ਹੈ ਭਾਗ ਵਿਧੀ ਬੱਚਿਓ 15 ਤੇ 20 ਮਤਲਬ ਅਸੀਂ ਉਸ ਸੰਖਿਆ ਨਾਲ ਭਾਗ ਕਰਨਾ ਹੈ ਜਿਹਦੇ ਨਾਲ ਦੋਨਾਂ ਨੂੰ ਘੱਟ-ਘੱਟ ਦੋ ਸੰਖਿਆਵਾਂ ਨੂੰ ਭਾਗ ਹੋ ਜਾਵੇ ਤੇ ਦੋ ਨਾਲ ਇਹਨਾਂ ਨੂੰ ਨਹੀਂ ਹੋਣਾ ਇਹਨੂੰ ਹੋ ਜਾਏਗਾ ਨਹੀਂ ਲਵਾਂਗੇ ਆਪਾਂ ਤਿੰਨ ਨਾਲ ਇਹਨੂੰ ਹੋ ਜਾਏਗਾ ਇਹਨੂੰ ਭਾਗ ਨਹੀਂ ਹੋਏਗਾ ਅਗੇ ਪੰਜ ਹੈ ਪੰਜ ਨਾਲ ਦੋਨੋਂ ਸੰਖਿਆਵਾਂ ਦਾ ਭਾਗ ਹੋ ਜਾਏਗਾ 5 ਜੁਤੀਆ 15 ਤੇ 5 ਚੋਕਾ 20 ਹੁਣ ਬੱਚੇ ਕੋਈ ਸੰਕੇਤ ਅਧਿ ਨਹੀਂ ਹੈ ਜਿਹੜੇ ਜਿਹਦੇ ਨਾਲ ਦੋਨੋਂ ਨੂੰ ਭਾਗ ਹੋ ਜਾਵੇ ਤੇ ਅਸੀਂ ਇਦਾਂ ਇੱਥੇ ਸਵਾਲ ਖਤਮ ਕਰਾਂਗੇ 5 ਆ ਜਿਹੜੇ ਦੋ ਵੀ ਲਿਖਿਆ ਇਹਨੂੰ ਵੀ ਅਸੀਂ ਨਾਲ ਲਿਖ ਦਵਾਂਗੇ ਹੁਣ ਇਹਨੂੰ ਗੁਣਾ ਕਰ ਲਓ 5 3 15 15 ਚੋਕੇ 60 ਤੇ ਸਾਡਾ ਲ ਸ ਵ ਕਿੰਨਾ ਆ ਗਿਆ ਬੱਚਿਓ 60 ਆਨਸਰ ਆ ਗਿਆ ਸਭ ਤੋਂ ਆਸਾਨ ਹੈ ਲ ਸ ਵ ਘਟਾਉਣ ਦਾ ਤਰੀਕਾ ਬੱਚਿਓ ਇਹ ਅਸੀਂ ਪ੍ਰੈਕਟਿਸ ਕਰਨੀ ਹੈ ਜਾਦੇ ਅਗਲਾ ਸਵਾਲ ਹੈ ਸਾਡੇ ਕੋਲ 12 ਤੇ 18 ਦਾ ਲਾਸਭ ਪਤਾ ਕਰਨਾ ਹੈ ਵਿਭਾਗវិធី ਰਾਹੀਂ ਕਰਨਾ ਹੈ ਬੱਚਿਓ ਪਤਾ ਬਿਲਕੁਲ ਸਹੀ ਇਸ ਤਰ੍ਹਾਂ ਹੁਣ ਦੇਖੋ ਦੋ ਨਾਲ ਇਹਨੂੰ ਵਿਭਾਗ ਹੋ ਜਾਣਾ ਇਹਨੂੰ ਵੀ ਨੇ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ ਜਿਹੜੀ ਸੰਖਿਆ ਦੇ ਵਿੱਚ 0 2 4 6 8 ਹੋਵੇ ਉਹ ਦੋ ਨਾਲ ਭਾਗ ਹੋ ਜਾਂਦੀ ਹੈ ਦੋਨਾਂ ਕਰਾਂਗੇ ਦੋ ਛੇ ਕੇ 12 ਦੋ ਨੇ 18 ਹੁਣ ਦੋ ਨਾਲ ਇਹਨੂੰ ਭਾਗ ਨਹੀਂ ਹੋਏਗੀ ਤਿੰਨ ਨਾਲ ਹੋ ਜਾਏਗੀ ਦੋਨਾਂ ਨੂੰ 3 2 6 3 3 9 ਅੱਗੇ ਕੋਈ ਸੰਖਿਆ ਨਹੀਂ ਹੈਗੀ ਜਿਹਦੇ ਨਾਲ ਦੋਨੋਂ ਨੁਹਾਗ ਹੋ ਜਾਵੇ ਕੀ ਕਰਾਂਗੇ ਆਪਾਂ 2 3 2 3 ਤੇ ਕੀ ਹੋ ਜਾਏਗਾ ਬੱਚਿਓ 2 3 6 2 3 6 6 6 36 ਤੇ ਸਾਡਾ ਜਿਹੜਾ ਲਾਸਵ ਹੈ ਉਹ 36 ਅਨਸਰ ਆ ਗਿਆ ਅਗਲਾ ਹੈ ਬੱਚੇ ਸਵਾਲ ਆਪਣੇ ਕੋਲ ਹੁਣ ਤਿੰਨ ਸੰਖਿਆਵਾਂ ਹੈਗੀਆਂ ਸਾਡੇ ਕੋਲ ਅਸੀਂ ਭਾਗ ਵਿਧੀ ਰਾਹੀਂ ਹੀ ਇਹਦਾ ਅਸੀਂ ਲਾ ਸਭਾ ਕੱਢਣਾ ਹੈ ਬੱਚੋ ਪਹਿਲੇ 30 ਹੈ 45 ਤੇ 50 ਹਾਂ ਬੱਚੋ ਪਹਿਲੇ ਅਸੀਂ ਦੋ ਨਾਲ ਕਰਾਂਗੇ ਕਿ ਦੋ ਸੰਖਿਆਵਾਂ ਨਾਲ ਭਾਗ ਹੋ ਰਿਹਾ 0 0 ਵਾਲੇ ਸੰਖਿਆ ਨਾਲ ਭਾਗ ਹੋ ਜਾਂਦਾ ਨਾ ਪਹਿਲੇ ਦੱਸਿਆ ਸੀਗਾ ਦੋ 15 23 ਕਿਉਂਕਿ ਪੰਜ ਲੱਗਿਆ ਪਿੱਛੇ ਦੋ ਨਾਲ ਭਾਗ ਨਹੀਂ ਹੁੰਦਾ ਤੇ ਮੈਂ ਪਹਿਲੇ ਵੀ ਸਮਝਾਇਆ ਸੀ ਕਿ ਜਿਹੜੀ ਸੰਖਿਆ ਨਾਲ ਪੂਰਾ ਪੂਰਾ ਭਾਗ ਨਾ ਹੋਵੇ ਉਹ ਸੰਖਿਆ ਉਦਾਂ ਹੀ ਲਿਖ ਦਿਓ ਇੱਥੇ ਆ ਜਾਏਗਾ ਬੱਚੋ 25 ਦੁਣਾ 50 ਹਾਂ ਅੱਗੇ ਬੱਚੇ ਦੋ ਨਾਲ ਨਹੀਂ ਹੋਏਗਾ ਤਿੰਨ ਨਾਲ ਹੋ ਜਾਏਗਾ 3 5 15 15 3 45 ਤੇ 3 ਦਾ ਪਹਾੜਾ 25 ਤੱਕ ਨਹੀਂ ਪੜਿਆ ਜਾਂਦਾ 8 3 24 9 3 27 ਦੇ 25 ਦੇ 25 ਅਸੀਂ ਲਿਖ ਦਵਾਂਗੇ ਹੁਣ ਬੱਚਿਓ ਅੱਗੇ 3 ਨਾਲ ਦੋ ਸੰਖਿਆਵਾਂ ਦਾ ਭਾਗ ਨਹੀਂ ਹੋਏਗਾ ਹੁਣ ਅਸੀਂ 5 ਨਾਲ ਕਰਾਂਗੇ 5 1 5 5 3 15 5 5 25 ਬੱਸ ਸਵਾਲ ਨਿਕਲ ਗਿਆ ਆਪਣਾ ਕਿੱਦਾਂ ਕਰ ਲਿਖਾਂਗੇ ਬੱਚਿਓ ਇਹਨਾਂ ਨੂੰ ਗੁਣਾ ਕਰਾਂਗੇ ਪਹਿਲੇ 2 3 5 ਆ ਜਿਹੜੇ ਬਚ ਗਏ ਇਹਨਾਂ ਨੂੰ ਵੀ ਗੁਣਾ ਕਰਾਂਗੇ ਇਹ ਤੇ ਜਰੂਰ ਦੇਖ ਲੈਣਾ ਕਿ ਕੋਈ ਇਦਾਂ ਦੀ ਸੰਖਿਆ ਤਾਂ ਨਹੀਂ ਜਿਹਨਾਂ ਦੋਨੋਂ ਨੂੰ ਭਾਗ ਹੋ ਜਾਂਦਾ ਹੋਵੇ ਲੇਕਿਨ ਇਹਨਾਂ ਨਾਲ ਨਹੀਂ ਹੋਏਗਾ 3 5 ਹਾਂ ਬੱਚਿਓ ਕਿਵੇਂ ਕਰਾਂਗੇ ਇਸ ਤਰ੍ਹਾਂ ਕਰ ਲਓ ਤੁਸੀਂ ਆਸਾਨ ਹੈ ਥੋੜਾ ਗਲਤੀ ਘੱਟ ਹੁੰਦੀ ਹੈ 2 3 6 5 3 15 5 ਹੁਣ ਕੀ ਆ 15 6 90 5 ਤੇ ਆਜਿਆ ਸਾਡੇ ਕੋਲ 450 9545 ਆਜਿਆ ਬੱਚਿਓ ਤੇ ਸਾਡਾ ਲ ਸ ਵ ਕਿੰਨਾ ਹੋ ਗਿਆ ਬੱਚਿਓ 450 ਆਨਸਰ ਆ ਗਿਆ ਤੇ ਬੱਚਿਓ ਇਸੇ ਤਰ੍ਹਾਂ ਅਗਲਾ ਸਵਾਲ ਹੈ ਇਹ ਵੀ ਬੱਚਿਓ ਇਹੀ ਵਿਧੀ ਹੈਗੀ ਹੈ ਇਸ ਤਰ੍ਹਾਂ ਅਸੀਂ ਕਰ ਲਾਂਗੇ 40 68 68 ਤੇ 60 ਇਹ ਬੱਚਿਓ ਤੁਸੀਂ ਆਪ ਕਰਨਾ ਹੈਗਾ ਇਸ ਤੇ ਬਿਲਕੁਲ ਤਰੀਕਾ ਇਹੀ ਹੈ ਜਿਸ ਤਰ੍ਹਾਂ ਅਸੀਂ ਪਹਿਲੇ ਕੀਤੇ ਸੀਗੇ ਦੋ ਨਾਲ ਭਾਗ ਹੋਏਗਾ ਇਸ ਤਰ੍ਹਾਂ ਵੀ ਆਪਣੇ ਆਪ ਕਰਕੇ ਦੇਖ ਲੈਣਾ ਸਵਾਲ ਬਿਲਕੁਲ ਨਿਕਲ ਜਾਏਗਾ ਹਾਂ ਬੱਚਿਓ ਅੱਗੇ ਹੈ ਸਾਡੇ ਕੋਲ ਉਹ ਛੋਟੀ ਤੋਂ ਛੋਟੀ ਕਿਹੜੀ ਸੰਖਿਆ ਹੈ ਜੋ 12 15 ਤੇ 20 ਨਾਲ ਪੂਰੀ ਪੂਰੀ ਵੰਡੀ ਜਾਵੇ ਬੱਚਿਓ ਇਹਦੇ ਵਿੱਚ ਕੀ ਹੁੰਦਾ ਜਦੋਂ ਜਦੋਂ ਸਾਡੇ ਕੋਲ ਪੁੱਛਿਆ ਜਾਵੇ ਉਹ ਛੋਟੀ ਤੋਂ ਛੋਟੀ ਕਿਹੜੀ ਸੰਖਿਆ ਹੈ ਉਹ ਦੋਸੀ ਲਸਵ ਕੱਢਦੇ ਹਾਂ ਜੇ ਤੁਹ ਪੁੱਛਿਆ ਜਾਵੇ ਉਹ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਫਿਰ ਅਸੀਂ ਮਾਸਵ ਕੱਢਦੇ ਹਾਂ ਤੇ ਇਹਦਾ ਬੱਚਿਓ ਕੀ ਨਿਕਲੇਗਾ ਲਸਵ ਨਿਕਲੇਗਾ ਤੇ ਅਸੀਂ 12 15 ਅਤੇ 20 ਦਾ ਲਾਸਾਵਾ ਕੱਢਾਂ ਨੇ ਜਿਹੜੀ ਮਰਜ਼ੀ ਵੀਧੀ ਲਗਾ ਲਓ ਤੁਹਾਨੂੰ ਪਹਿਲੇ ਦੱਸਿਆ ਆਮ ਤੌਰ ਤੇ ਅਸੀਂ ਬੱਚਿਓ ਭਾਗ ਵਿਧੀ ਲਗਾਉਂਦੇ ਆ ਜਿਹੜੀ ਮਰਜ਼ੀ ਵੀਧੀ ਲਗਾ ਲਓ ਆਨਸਰ ਇੱਕੋ ਹੀ ਆਏਗਾ ਦੋ ਨਾਲ ਕਰਕੇ ਦੇਖਦੇ ਆ ਬੱਚਿਓ 2 ਦੇ 12 ਨਹੀਂ ਭਾਗ ਹੁੰਦਾ ਇਹਨੂੰ 15 ਰਹਿ ਜੂਗੇ 2 ਦਾ ਏ 20 ਫਿਰ ਦੋ ਨਾਲ ਭਾਗ ਕਰਾਂਗੇ ਬੱਚਿਓ 2 3 6 15 ਨੂੰ ਭਾਗ ਨਹੀਂ ਹੁੰਦਾ ਇਹੀ ਲਿਖ ਦੇਵਾਂਗੇ 2 5 10 ਹੁਣ ਅਸੀਂ 3 ਨਾਲ ਭਾਗ ਕਰਾਂਗੇ ਕਿਉਂਕਿ ਦੋ ਸੰਖਿਆਵਾਂ 3 ਨਾਲ ਭਾਗ ਹੋ ਰਹੀਆਂ ਹੈਗੀਆਂ 3 1 3 3 5 15 5 ਅੱਗੇ ਅਸੀਂ 5 ਨਾਲ ਕਰਾਂਗੇ 5 1 5 5 1 5 ਬਸ ਸਵਾਲ ਨਿਕਲ ਗਿਆ ਬੱਚਿਓ ਸਾਡੇ ਕੋਲ 2 2 ਆ ਦੋਨੋਂ ਲਿਖ ਲਿਆ ਅਸੀਂ 3 5 ਕਰ ਲਓ ਆਪਸ ਵਿੱਚ ਗੁਣਾ ਇਹਨਾਂ ਨੂੰ 2 2 4 5 15 ਇਹਨਾਂ ਨੂੰ ਕਰਕੇ ਦੇਖ ਲਿਓ ਥੱਲੇ ਲਿਖ ਲਿਆ ਅਸੀਂ ਤੇ 15 ਚੋਕੇ 15 ਚੋਕੇ 60 ਤੇ ਬੱਚਿਓ ਉਹ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਇੱਥੇ ਅਸੀਂ ਸੰਖਿਆ ਲਿਖਾਂਗੇ ਅਸੀਂ ਸੰਖਿਆਰਤੇ ਲਾਹਸਾਬਾਨੀ ਲਿਖਾਂਗੇ ਕਿਉਂਕਿ ਨੇ ਸੰਖਿਆ ਪੁੱਛੀ ਆ ਉਹ ਛੋਟੀ ਛੋਟੀ ਕਿਹੜੀ ਸੰਖਿਆ ਹੈ ਇੱਥੇ ਆਸਰ ਅਸੀਂ ਕੀ ਲਿਖਾਂਗੇ ਬੱਚਿਓ ਸੰਖਿਆ ਬਰਾਬਰ ਹੈ 60 ਆਨਸਰ ਹੁਣ ਤੁਸੀਂ ਬੱਚੇ ਦੇਖੋ 12 15 ਤੇ 20 12 ਨਾਲ ਭਾਗ ਕਰਕੇ ਦੇਖ ਲਓ ਹੋ ਜਾਏਗਾ 12 ਪੰਜ 60 15 ਨਾਲ ਵੀ ਹੋ ਜਾਏਗਾ 15 ਚੋਕੇ 60 ਤੇ 20 ਨਾਲ ਵੀ ਹੋ ਜਾਏਗਾ 20 ਤਿਆ 60 ਤੇ ਉਹ ਛੋਟੀ ਛੋਟੀ ਸੰਖਿਆ ਕਿਹੜੀ ਹੈ ਜਿਹਨੂੰ 12 15 ਤੇ 20 ਨਾਲ ਭਾਗ ਹੋ ਜਾਂਦਾ ਹੈ ਉਹ ਹੈਗੀ ਬੱਚਿਓ 60 ਅਗਲਾ ਸਵਾਲ ਹੈ ਬੱਚਿਓ 체 ਮਸਵਾਲ ਹੈ ਬਹੁਤ ਹੀ ਆਸਾਨ ਸਵਾਲ ਹੈ ਬੱਚੋ ਵੈਸੇ ਜਿਹੜੀ ਜਿਹੜੀ ਇਵਾਰਤ ਲਿਖੀ ਹੈ ਵੱਡੀ ਲਿਖੀ ਹੈ ਲੇਕਿਨ ਸਵਾਲ ਬਹੁਤ ਆਸਾਨ ਹੈ ਤੇ ਇਹਨੂੰ ਪਹਿਲੇ ਧਿਆਨ ਨਾਲ ਸਮਝੋ ਇੱਕ ਬੱਚਾ ਹਰ ਵਾਰ 3 ਫੁੱਟ ਛਾਲ ਮਾਰਦਾ ਹੈ 3 ਫੁੱਟ ਛਾਲ ਮਾਰਦਾ ਹੈ ਤੇ ਦੂਜਾ ਬੱਚਾ 4 ਫੁੱਟ ਛਾਲ ਮਾਰਦਾ ਹੈ ਜੇਕਰ ਦੋਨੋਂ ਬੱਚੇ ਇੱਕ ਹੀ ਦਿਸ਼ਾ ਵੱਲ 21 ਸਥਾਨ ਤੋਂ ਇਕੱਠੇ ਛਾਲ ਮਾਰਦੇ ਹਨ ਤਾਂ ਦੱਸੋ ਉਹ ਕਿੰਨੇ ਫੁੱਟ ਬਾਅਦ ਦੁਬਾਰਾ ਇੱਕ ਸਥਾਨ ਤੇ ਇਕੱਠੇ ਹੋ ਜਾਂਦੇ ਹਨ ਮੰਨ ਲਓ ਬੱਚੋ ਇੱਕ ਬੱਚਾ ਇੱਥੇ ਹੈਗਾ ਖੜਾ ਇੱਕ ਇੱਥੇ ਖੜਾ ਹੈਗਾ ਇਹ 3 3 ਫੁੱਟ ਦੀ ਛਾਲ ਮਾਰਦਾ ਹੈ ਇਹ 4 ਫੁੱਟ ਦੀ ਛਾਲ ਮਾਰਦਾ ਹੈ ਯਾਨੀ ਤਰੀਕੇ ਦੇਖ ਲਓ ਤਰੀਕੇ 2 3 ਤਰੀਕੇ ਨਿਕਲ ਜਾਣੇ ਮਤਲਬ 3 ਦੇ ਕੋਣ 'ਚ ਲਿਖ ਲਓ 4 ਦੇ ਕੋਣ 'ਚ ਲਿਖ ਲਓ ਜਿੱਥੇ ਕੋਣ ਜਾਂ ਸਾਝਾ ਆ ਜਾਏਗਾ ਉਹ ਮਤਲਬ ਸਾਡਾ ਆਨਸਰ ਆ ਜਾਏਗਾ ਇਕੱਠੇ ਹੋ ਜੂਗਾ ਇੱਥੇ 3 2 1 33 9 4 3 12 5 3 15 ਅਗਲਾ ਬੱਚੋ 4 2 8 4 3 12 ਦੇਖੋ ਬੱਚੋ 12 ਆ ਗਿਆ ਨਾ ਇੱਥੇ ਆ ਸਾਡਾ 12 ਸਾਡਾ 12 ਫੁੱਟ ਸਾਡਾ ਉੱਤਰ ਆ ਜਾਏਗਾ ਮਤਲਬ 12 ਫੁੱਟ ਤੇ ਬੱਚੇ ਇਕੱਠੇ ਹੋ ਜੂਗੇ ਤੇ ਸਾਡਾ ਕੀ ਆਨਸਰ ਆਏਗਾ ਬੱਚਿਓ ਆ ਕਿੰਨੇ ਫੁੱਟ ਬਾਅਦ ਅਸੀਂ ਲਿਖਾਂਗੇ 12 ਫੁੱਟ ਬਾਅਦ 12 ਫੁੱਟ ਬਾਅਦ ਜਿੱਦਾਂ ਆਨਸਰ ਪੁੱਛਿਆ ਉਸੇ ਦਾ ਲਿਖਣਾ ਹੁੰਦਾ ਬੱਚਿਓ ਜਿਵੇਂ ਤੁਹਾਨੂੰ ਸਮਝਾ ਦਿੰਨਾ ਬੱਚਿਓ ਆ ਦੇਖੋ ਬੱਚਿਓ ਇੱਥੇ ਬੱਚੇ ਇਕੱਠੇ ਚੱਲੇ ਆ ਇੱਥੇ ਇਕੱਠੇ ਸੀਗੇ ਇੱਕ ਨੇ 3 ਤੇ 4 ਮਾਰੀ ਇੱਕ 3 ਫੁੱਟ ਜੰਪ ਮਾਰਦਾ ਹੈਗਾ ਇੱਕ 4 ਫੁੱਟ ਤੇ ਜੰਪ ਮਾਰਦਾ ਹੈਗਾ ਹੁਣ ਇਹ ਪਹੁੰਚ ਗਿਆ 6 ਤੇ ਇਹ ਪਹੁੰਚ ਗਿਆ 8 ਤੇ ਹਨਾ ਤੇ ਇਹ 9 ਤੇ ਪਹੁੰਚ ਗਿਆ ਤੇ ਆ ਪਹੁੰਚ ਗਿਆ ਇੱਥੇ 12 ਤੇ ਤੇ ਥੋੜਾ ਵੱਡਾ ਨਾਲੇ ਵੱਡਾ ਕਰਕੇ ਲਿਖ ਦਾਂਗੇ 3 ਚੌਕੇ 12 ਤੇ ਬੱਚੇ ਦੇਖੋ ਇੱਥੇ ਇਹ ਦੋਨੋਂ ਇਕੱਠੇ ਹੋ ਗਏ ਇਹਨੇ 4 ਵਾਰ ਛਾਲ ਮਾਰੀ ਇਹਨੇ 3 ਵਾਰ ਲੇਕਿਨ ਅਸੀਂ ਇਹ ਨਹੀਂ ਦੇਖਣਾ ਅਸੀਂ ਦੇਖਣਾ ਹੈ ਕਿੰਨੇ ਫੁੱਟ ਤੇ ਇਕੱਠੇ ਹੋਏ ਤੇ ਸਾਡਾ ਆਨਸਰ ਆ ਗਿਆ 12 ਜਿੱਦਾ ਸੀ 12 ਫੁੱਟ ਕੱਢਿਆ ਹੈਗਾ ਚਲੋ ਅਗਲਾ ਸਵਾਲ ਹੈ ਬੱਚਿਓ ਜਮਾਤ ਵਿੱਚ ਘੱਟੋ ਘੱਟ ਕਿੰਨੇ ਬੱਚੇ ਖੜੇ ਕਰੀਏ ਕਿ ਉਹਨਾਂ ਵਿੱਚੋਂ 4-4 ਅਤੇ 5-5 ਬੱਚਿਆਂ ਦੀਆਂ ਟੋਲੀਆਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਟੋਲੀ ਤੋਂ ਬਾਹਰ ਨਾ ਰਹੇ ਦੇਖੋ ਅਸੀਂ ਦੋ ਟੋਲੀਆਂ ਬਣਾਉਣੀਆਂ ਹੈਗੀਆਂ ਇੱਕ 4 ਦੀ ਬਣਾਣੀ ਹੈਗੀ ਹੈ ਤੇ ਇੱਕ 5 ਦੀ ਬਣਾਣੀ ਹੈਗੀ ਹੈ ਬੱਚੇ ਜਾਂ ਤੈਨੂੰ ਸਿੱਧਾ ਸਵਾਲ ਕੱਢ ਲਓ 4 ਤੇ 5 ਦਾ ਲ.ਸ.ਵ. ਕੋਈ ਕਿਸੇ ਸੰਖਿਆ ਨਾਲ ਭਾਗ ਨਹੀਂ ਹੋਣਾ 4 5 ਦੇ ਵੀ ਉੱਤਰ ਸਿੱਧਾ ਸਾਡੇ ਕੋਲ 20 ਆ ਗਿਆ ਲੇਕਿਨ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਗੁਣਜਰਾਹੀਂ ਵੀ ਕੱਢ ਸਕਦੇ ਹਾਂ ਹਾਂ 1 ਚੋਕੇ 4 2 ਚੋਕੇ 8 3 ਚੋਕੇ 12 4 ਚੋਕੇ 16 5 ਚੋਕੇ 20 6 ਚੋਕੇ 24 ਗੁਣਜ ਲਿਖ ਲੈ ਤੇ ਇਹਦੇ ਲਿਖ ਲੋ ਬੱਚੇ 5 ਗੁਣ 5 5 ਦੋਣੀ 10 5 ਤਿਆਂ 15 5 ਚੋਕੇ 20 5 ਪੰਜੇ 25 ਸਾਜਾ ਗੁਣਜ ਕਿਹੜਾ ਆ ਗਿਆ ਬੱਚਿਓ 20 ਤੇ ਹੁਣ ਜੇ ਅਸੀਂ 20 ਬੱਚੇ ਖੜੇ ਕਰਾਂਗੇ ਬੱਚਿਓ ਤਾਂ 5 ਦੀਆਂ ਸਾਡੇ ਕੋਲ ਚਾਰ ਟੋਲੀਆਂ ਬਣੂਗੀਆਂ ਤੇ 4 ਦੀਆਂ ਪੰਜ ਟੋਲੀਆਂ ਬਣੂਗੀਆਂ ਤੇ ਸਾਡਾ ਆਨਸਰ ਕੀ ਆ ਗਿਆ ਬੱਚਿਓ ਕਿੰਨੇ ਬੱਚੇ ਖੜੇ ਕਰਨੇ ਆਪਾਂ 20 ਬੱਚੇ 20 ਬੱਚੇ ਖਾੜੇ ਕਰਨੇ ਹਨ ਆ ਸਾਡਾ ਆਨਸਰ ਆ ਗਿਆ ਬੱਚਿਓ ਅਗਲਾ ਬੱਚਿਓ ਲਾ ਸਵਾਲ ਆ ਗਿਆ ਸਕੂਲ ਵਿੱਚ ਤਿੰਨ ਘੰਟੀਆਂ ਕ੍ਰਮਵਾਰ 10 ਮਿੰਟ 20 ਮਿੰਟ ਅਤੇ 30 ਮਿੰਟ ਬਾਅਦ ਵੱਜਦੀਆਂ ਹਨ ਜੇਕਰ ਤਿੰਨੇ ਘੰਟੀਆਂ ਸਵੇਰੇ 8 ਵਜੇ ਇਕੱਠੀਆਂ ਵੱਜੀਆਂ ਹੋਣ ਤਾਂ ਦੁਬਾਰਾ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ ਬੱਚੇ ਇਹਦਾ ਵੀ ਅਸੀਂ ਲਾ ਸਵਾਂ ਕੱਢਾਂਗੇ ਸਿੱਧਾ ਅੱਗੇ ਦਾ ਕਰ ਲੋ 10 20 ਤੇ 30 ਭਾਗ ਵਿਧੀ ਰਾਹੀਂ ਕੱਢ ਲੋ ਬੱਚਿਓ ਹਾਂ ਦੋ ਨਾਲ ਕਰਾਂਗੇ 2 5 10 10 2 20 15 2 30 ਹੁਣ 3 ਨਾਲ ਬੱਚੇ ਨਹੀਂ ਜਾਏਗਾ ਦੋ ਸੰਖਿਆਵਾਂ ਮੈਂ 5 ਨਾਲ ਚੱਲ ਜੂਗੀਆਂ 5 1 5 5 2 10 3 5 15 ਬਸ ਅੱਗੇ ਕੋਈ ਸੰਖਿਆ ਨਹੀਂ ਹੈਗੀ ਜਿਹੜੇ ਭਾਗ ਕੀਤਾ ਜਾ ਸਕੇ 2 ਆਹ ਵਾਲੇ 2 5 5 2 3 ਬੱਚਿਆ ਹੋ ਗਿਆ 5 2 10 ਤੇ ਗੁਣਾ 2 300 60 ਇਹ ਬੱਚੇ ਮਿੰਟ ਸੀਗੇ ਆ ਧਿਆਨ ਕਰੋ ਇੱਥੇ 10 ਮਿੰਟ ਤੇ ਲਾਸਵਾ ਕਿੰਨਾ ਆਇਆ ਬੱਚੇ 60 ਮਿੰਟ ਆਇਆ ਤੁਹਾਨੂੰ ਉਹ ਤੁਰੇ ਕਿੰਨੇ ਵਜੇ ਆ ਕਿੰਨੇ ਵਜੇ ਘੰਟੀ ਵੱਜੀ ਹੈ ਘੰਟੀ ਵੱਜਣੀ ਆਪਣੀ ਕਿੰਨੇ ਵਜੇ 8 ਵਜੇ ਤੇ ਪਹਿਲੀ ਘੰਟੀ ਵੱਜੀ ਹੈ ਬੱਚੋ 8 ਵਜੇ ਤੇ ਉਸ ਤੋਂ ਬਾਅਦ ਬੱਚੇ ਇਕੱਠੀ ਘੰਟੀ ਕਦੋਂ ਵੱਜੇਗੀ 60 ਮਿੰਟ ਬਾਅਦ ਮੈਂ 60 ਮਿੰਟ ਮਤਲਬ 1 ਘੰਟਾ 60 ਮਿੰਟ ਤੋਂ ਬਾਅਦ ਮਤਲਬ 1 ਘੰਟਾ ਹੋ ਗਿਆ ਤੇ 8 ਵਿੱਚ ਅਸੀਂ 1 ਜੋੜ ਦਾਂਗੇ ਕਿੰਨੇ ਵਜ ਗਏ ਬੱਚਿਓ 9 ਵਜੇ ਤੇ 9 ਵਜੇ ਸਾਡੀਆਂ ਤਿੰਨੋਂ ਘੰਟੀਆਂ ਇਕੱਠੀਆਂ ਵੱਜੂਗੀਆਂ ਆਪਨਾ ਸਵਾਲ ਸੀ